ਆ ਕੀ ਕਰਦੀ ਆ? ਮੈਂ ਨੈੱਟ ਤੇ ਬੈਠੀ ਆ, ਤਾਂ ਹੀ ਮੇਰਾ ਨੈੱਟ ਹੌਲੀ ਚੱਲਦਾ। ਐਡਾ ਭਾਰ ਪਾਇਆ ਨੈੱਟ ਤੇ, ਉੱਠ ਖੜ ਪਰੇ ਜਾ ਪਰੇ। ਤੇਰੇ ਬੈਠੀ ਮੈਂ ਨੈੱਟ ਤੇ, ਇਹੀ ਆਖੋ ਨਾ ਤੈਨੂੰ, ਤਾਂ ਹੀ ਹੌਲੀ ਚੱਲਦਾ ਫਿਰ ਚੱਲਦਾ। ਆ ਹੁਣ ਮੈਂ ਨਾ ਆਪਣੇ ਕੱਪੜੇ ਦਾਨ ਕਰਦਾ, ਬਹੁਤ ਪੈ ਨੇ। ਉਹ ਕੀ ਤਾਂ ਤੂੰ ਬਿੰਨ ਚ ਪਾ ਦੇਣਾ, ਕੀ ਕੱਪੜੇ ਦਾਨ ਕਿਹਨੂੰ ਕਰੇਗੀ ਤੂੰ ਬਿੰਨ ਚ ਪਾ ਦੇ? ਉਹ ਨਹੀਂ, ਬਥੇਰੀਆਂ ਵਿਚਾਰੀਆਂ ਗਰੀਬ ਭੁੱਖੀਆਂ ਪਿਆਸੀਆਂ ਕੁੜੀਆਂ ਨੇ। ਜਿਹਦੇ ਤੇਰੇ ਕੱਪੜੇ ਫਿੱਟ ਆ ਗਏ ਉਹ ਭੁੱਖੀ ਪਿਆਸੀ ਨਹੀਂ ਹੋਣੀ, ਉਹ ਰੱਜੇ ਘਰ ਦੀ ਕੁੜੀ ਹੋਊ ਜਿਹੜੇ ਤੇਰੇ ਕੱਪੜੇ ਫਿੱਟਣ ਕਿਸੇ ਦੇ। ਇੱਧਰ ਹੋ ਕੇ ਖੰਘ ਲਾ, ਖੰਘਣ ਲੱਗਾ ਖੋਂ ਖੋਂਗਾ ਹਲਕੇ ਕੁੱਤੇ ਮੂੰਹੇ ਫੋਂ ਫੋਂ ਤੁੱਕ ਚੜਦਾ ਹੁਣਾ। ਜਦੋਂ ਮੈਂ ਤੇਰੇ 10 ਵਜੇ ਪੜ੍ਹਦੇ ਤੇਰੇ ਪਿੰਡ ਗਿਆ ਸੀ ਨਾ, ਉਦੋਂ ਕਹਿੰਦੇ ਮਿੱਤਰਾਂ ਦੀ ਖੰਘ 'ਚ ਖੰਘ ਸਿੱਧੀ ਚੱਕ ਜਾਂਦੀ ਸੀ। ਭਲਵਾਨ ਦੀ ਭੈਣ ਵਾਂਗੂ ਕਿਤੇ ਨਾ ਵਿਆਹ ਕਰਾਉਣਾ, ਹੁਣ ਤੈਨੂੰ ਖੰਘ ਬੁਰੀ ਲੱਗਣ ਲੱਗੀ ਨਾ। ਫਿਰ ਹੁਣ ਕਿਹੜਾ ਮੈਂ ਟੈਡੀ ਝੱਕਦੀ ਹਾਂ, ਝੱਕਦੀ ਤਾਂ ਹੁਣ ਵੀ ਮੈਂ ਸਿੱਧੀ ਹੋਈ ਹਾਂ, ਮੇਰੀ ਅੱਖਾਂ 'ਚ ਤਾਂ ਨਹੀਂ ਕੋਈ ਫਰਕ। ਬਹਿ ਜਾ ਟੇਕੇ। ਤੁਹਾਨੂੰ ਜੋ ਖਾਣੇ ਬੇੜਾ ਗਰਕ ਕਰਦਾ, ਮੂੰਹ ਢੱਕਦੀਆਂ ਚੜਾ ਪੱਦ ਛੜੇ ਹੋਏ ਮਾਰਦਾ, ਬਾਹਰ ਨੰਗਾ ਕਰਦੀਆਂ, ਉੱਤੇ ਨੂੰ ਖੰਘ ਖੰਘ ਥੁੱਕਦਾ। ਤਰ ਗਿਆ ਤੇਰੇ ਨਾਲ, ਮੈਂ ਤਾਂ ਵਿਆਹ ਕਰਾ ਕੇ ਇਹੋ ਜਿਹੇ ਗੰਦੇ ਬੰਦੇ ਨਾਲ। ਹਾਏ ਇੰਨਾ ਗੰਦਾ ਬੰਦਾ ਪੱਲੇ ਪੈ ਗਿਆ ਨਾ, ਮੈਨੂੰ ਤਾਂ ਨੱਕ ਦੇ ਵਿੱਚ ਹੀ ਛੱਡਤਾ ਮੇਰੇ ਘਰਦਿਆਂ ਨੇ। ਹਾਏ ਹਾਏ ਪੈ ਜਾ ਹੁਣ ਚੁੱਪ ਕਰਕੇ। ਮਸਤੂ ਕਰਦੇ ਵੀ ਠੰਡਾ ਰਹਿ, ਮੈਂ ਤਾਂ ਰਜਾਈ ਨਿੱਕੀ ਕਰਦਾ ਸੀ, ਬੋਲੀ ਜਾਂਦੇ ਪੇ ਕਰ ਰਜਾਈ ਇੱਕ ਨਿੱਕੀ ਹੁੰਦੀ ਆ। ਪੱਦਾ ਨਾ ਆ ਹੀਟਰ ਤਾਂ ਉੱਤੇ ਜਾ ਖੰਡਾ ਚੱਲ ਕਰ ਜਾ। ਤੇਰੇ ਦਾ ਮੁਕਾਬਲਾ ਕੀ ਕਰੂ ਪੱਦ ਦਾ, ਇੰਨੀ ਗੈਸ ਪੱਦ ਦੇ ਵਿੱਚ ਤੈਨੂੰ ਅਕਲ ਹੀ ਨਹੀਂ ਹੋਣੀ ਸਾਰੀ ਉਮਰ। ਸਰ ਗਿਆ ਤੇਰੇ। ਹਾਂ ਇੱਕ ਇਹਦੇ ਨਾਲ ਰਜਾਈ ਨਿੱਕੀ ਹੁੰਦੀ, ਹੀਟਰ ਤਾਂ ਭੈਣ ਆ, ਪਤਾ ਨਹੀਂ ਕਿੱਥੋਂ ਆਊ ਕਿੱਥੋਂ ਨਹੀਂ। ਚੱਲ ਵੀ ਤਾਂ ਹੀਟਰ ਦੇਖ ਜਾਂਦਾ ਪਤਾ ਨਹੀਂ ਲੱਗਦਾ ਕਿੱਧਰੋਂ ਚੱਲਦਾ ਕਿੱਧਰ ਨਹੀਂ। ਇੱਥੇ ਬੰਦੇ ਦੇ ਵਿੱਚ ਸਾਰੇ ਰੱਬ ਨੇ ਗੁਣ, ਠੰਡ ਤੱਤ ਹੀਟ ਠੰਡ ਸਾਰਾ ਕੁਝ ਬੰਦੇ ਦੇ ਵਿੱਚ ਫਿੱਟ ਨੇ। ਮੈਨੂੰ ਸਾਰਾ ਪਤਾ, ਸਭ ਦੱਸ ਜਾਂਦਾ ਬੰਦੇ ਕਿੱਥੋਂ ਪਤਾ ਠੰਡ ਲੱਗਦੇ, ਕਿੱਥੋਂ ਜਾਣੀ ਲੱਗਦੇ, ਕਿੱਥੇ ਕਿੱਥੋਂ। ਬਸ ਕਰ ਬਾਬਾ ਜੀ, ਮੈਨੂੰ ਭਾਸ਼ਣ ਦੇਣ ਤੋਂ ਹਟ ਜਾਓ ਹੁਣ, ਤੁਹਾਡੀ ਮੈਂ ਸਮਝ ਨਹੀਂ ਸਕਦਾ। ਮੈਨੂੰ ਸਾਰਾ ਗਿਆਨ ਹੈ ਗੱਲਾਂ ਦਾ, ਤੁਹਾਨੂੰ ਅਕਲ ਹੀ ਨਹੀਂ ਕੋਈ। ਟਿਕ ਜਾ ਬਸ ਕਰ, ਤਾਂ ਹੀ ਤਾਂ ਤੁਸੀਂ ਐਵੇਂ ਕਮਰੇ ਫਿਰਦੇ ਹੋ। ਵੀ ਮੈਨੂੰ ਨਹੀਂ ਪਤਾ ਵੀ ਤੂੰ ਖੀਰੇ ਕਾਹਦੇ ਰੋਜ਼ ਤੁਹਾਡੀ ਤੜੀ ਖਾਂਦਾ। ਖੀਰੇ ਖੀਰੇ ਸੜੇ ਹੋਏ ਪੱਦ ਮਾਰਦਾ, ਇੰਨਾ ਗੰਦਾ ਬੰਦਾ ਪੱਲੇ ਪੈ ਗਿਆ ਨਾ।